ਸ਼ਾਸਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ। ਗੱਲ ਕਰਾਂਗੇ ਜੀ ਪੰਜਾਬ ਦੁਪਹਿਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਤੇ ਵਿਸ਼ੇਸ਼ ਬੁਲੇਟਿਨ ਬਾਰੇ। ਪਰ ਸਭ ਤੋਂ ਪਹਿਲਾਂ ਚੈਨਲ ਸਟੱਡੀ ਇਨ ਜੋਬ ਅਲਰਟਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਪਹਿਲੀ ਵੱਡੀ ਖਬਰ ਦੋਸਤੋ, ਹੁਣੇ ਹੁਣੇ ਜਨਵਰੀ ਦੇ ਵਿੱਚ 16 ਛੁੱਟੀਆਂ ਦਾ ਹੋਇਆ ਐਲਾਨ, ਵੱਡੀ ਖਬਰ ਆਈ ਸਾਹਮਣੇ। ਅਗਲੀ ਵੱਡੀ ਖਬਰ ਦੋਸਤੋ, 2024 ਚੋਣਾਂ ਵਿੱਚ ਇਹ ਪਾਰਟੀ ਬਣਾ ਸਕਦੀ ਹੈ ਸਰਕਾਰ। ਇਹਨਾਂ ਖਬਰਾਂ ਤੋਂ ਇਲਾਵਾ ਦੋਸਤੋ, ਪੰਜਾਬ ਦੀਆਂ ਹੋਰ ਵੀ ਤਾਜ਼ਾ ਵੱਡੀਆਂ ਖਬਰਾਂ ਨੇ, ਤੁਹਾਨੂੰ ਇਹਨਾਂ ਸਾਰੀਆਂ ਖਬਰਾਂ ਬਾਰੇ ਵੀਡੀਓ ਵਿੱਚ ਅੱਗੇ ਪੂਰੀ ਜਾਣਕਾਰੀ ਦੇਵਾਂਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਸ਼ੁਰੂਆਤ ਕਰਦੇ ਹਾਂ ਸਮੇਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ। ਪਹਿਲੀ ਵੱਡੀ ਖਬਰ ਹੈ ਜੀ, ਨਵੇਂ ਸਾਲ ਵਿੱਚ ਘਟਣਗੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਵੱਡੀ ਕਟੌਤੀ ਦੀ ਤਿਆਰੀ ਵਿੱਚ ਹੈ ਸਰਕਾਰ, ਜਾਣ ਲਓ ਜੇਬ ਤੇ ਕਿੰਨਾ ਪਵੇਗਾ ਅਸਰ। ਜੀ ਹਾਂ ਦਰਸ਼ਕੋ, ਦੇਸ਼ ਦੀ ਸਿਆਸਤ ਵਿੱਚ ਚੁਣਾਵੀ ਰੰਗ ਦੇ ਸਾਫ ਸਿਰ ਲੱਗਿਆ ਹੈ। ਭਾਜਪਾ ਨੇ ਹਾਲ ਹੀ ਵਿੱਚ ਹੋਈਆਂ 4 ਵੱਡੇ ਰਾਜਾਂ ਵਿੱਚੋਂ 3 ਰਾਜਾਂ ਵਿੱਚ ਜਿੱਤ ਹਾਸਲ ਕਰ ਲਈ ਆ। ਇਸ ਦੇ ਬਾਵਜੂਦ ਵਿਰੋਧੀ ਧਿਰ ਵੱਲੋਂ ਮਹਿੰਗਾਈ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਆ। ਅਜਿਹੇ ਵਿੱਚ ਪੈਟਰੋਲੀਅਮ ਸੈਕਟਰ ਵਿੱਚ ਜੋ ਤਸਵੀਰ ਬਣ ਰਹੀ ਆ, ਉਸ ਤੋਂ ਇਹ ਸਾਫ ਸੰਕੇਤ ਮਿਲ ਰਹੇ ਨੇ ਕਿ ਚੋਣਾਂ ਤੋਂ ਪਹਿਲਾਂ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾ ਸਕਦੀ ਆ। ਵੱਡੀ ਖਬਰ ਦੋਸਤੋ, ਇਲੈਕਸ਼ਨ 2024 ਨੂੰ ਲੈ ਕੇ ਆ ਚੁੱਕੀ ਆ ਪ੍ਰਗਟ ਸਿੰਘ ਦਾ ਵੱਡਾ ਐਲਾਨ, ਕਾਂਗਰਸ ਦਾ ਆਪ ਨਾਲ ਨਹੀਂ ਹੋਣ ਦੇਵਾਂਗੇ ਗੱਠਜੋੜ। ਜੀ ਹਾਂ ਪਿਆਰੇ ਦਰਸ਼ਕੋ, 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗੱਠਜੋੜ ਚਰਚਾ ਵਿੱਚ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਪੂਰ ਚੜ੍ਹਦਾ ਦਿਖਾਈ ਨਹੀਂ ਦਿੰਦਾ, ਕਿਉਂਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਸਕਦੀ ਆ, ਕਰ ਰਹੀ ਆ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਇਸ ਗੱਠਜੋੜ ਨੂੰ ਸਿਰੇ ਤੋਂ ਨਕਾਰ ਰਹੇ ਨੇ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ। ਉਹਨਾਂ ਨੇ ਕਿਹਾ ਕਿ ਪਹਿਲੇ 2 ਸਾਲਾਂ ਵਿੱਚ ਇਹਨਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਆ, ਇਸ ਤੋਂ ਲੱਗਦਾ ਹੈ ਕਿ ਆਪ 1 ਵੀ ਸੀਟ ਨਹੀਂ ਜਿੱਤੇਗੀ। ਇਸ ਮੌਕੇ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਆਪ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਸਕੂਲਾਂ ਬਾਰੇ ਹੈ। ਮਿਡ ਡੇ ਮੀਲ ਕੁੱਕ ਵਰਕਰਾਂ ਲਈ ਅਹਿਮ ਖਬਰ ਹੈ। ਵਿੱਤ ਮੰਤਰੀ ਚੀਮਾ ਨੇ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਇੱਥੇ ਮਿਡ ਡੇ ਮੀਲ ਕੁੱਕ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਕੂਲ ਸਿੱਖਿਆ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਹ ਸਿੱਖਿਆ ਅਤੇ ਵਿੱਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਵੇ, ਜੋ ਮਿਡ ਡੇ ਮੀਲ ਕੁੱਕਾਂ ਦੀ ਤਨਖਾਹ ਨਾਲ ਸੰਬੰਧਿਤ ਵੱਖ ਵੱਖ ਪਹਿਲੂਆਂ ਬਾਰੇ ਅਧਿਐਨ ਕਰਕੇ ਆਪਣੀ ਰਿਪੋਰਟ ਪੇਸ਼ ਕਰੇ, ਤਾਂ ਜੋ ਉਹਨਾਂ ਦੀ ਤਨਖਾਹਾਂ ਵਿੱਚ ਵਾਧਾ ਕਰਨ ਵਾਲੇ ਫੈਸਲਾ ਜਲਦ ਤੋਂ ਜਲਦ ਲਿਆ ਜਾ ਸਕੇ। ਸੁਖਾਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਚੀਮਾ ਨੇ ਮਿਡ ਡੇ ਮੀਲ ਕੁੱਕ ਯੂਨੀਅਨਾਂ ਵੱਲੋਂ ਉਠਾਈਆਂ ਮੰਗਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਵਿੱਤ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਬੈਂਕਾਂ ਜਾਂ ਬੀਮਾ ਕੰਪਨੀਆਂ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਬੀਮਾ ਪਾਲਿਸੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ, ਜੋ ਕਿ ਮਿਡ ਡੇ ਮੀਲ ਕੁੱਕਾਂ ਦੀ ਸਿਹਤ ਅਤੇ ਜੀਵਨ ਬੀਮਾ ਦੋਵੇਂ ਮੁਹੱਈਆ ਕਰਵਾ ਸਕਣ। ਅਗਲੀ ਵੱਡੀ ਖਬਰ ਦੋਸਤੋ, ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਵਿੱਚ 16 ਦਿਨ ਬੰਦ ਰਹਿਣਗੇ ਬੈਂਕ। ਇਹ ਹੈ ਪੂਰੀ ਲਿਸਟ, ਹੋਣਗੀਆਂ ਇੰਨੀਆਂ ਛੁੱਟੀਆਂ। ਜੀ ਹਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਨਵੇਂ ਸਾਲ ਦੇ ਵਿੱਚ ਆਪਣਾ ਕੰਮ ਪੂਰਾ ਕਰਨ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਜਨਵਰੀ ਦੀਆਂ ਛੁੱਟੀਆਂ ਦੀ ਸੂਚੀ ਨੂੰ ਜਾਣ ਲਓ। ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ 2024 ਦੇ ਵਿੱਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ, ਭਾਵ ਦੋਸਤੋ ਛੁੱਟੀਆਂ ਹੋਣਗੀਆਂ। ਬੈਂਕ ਛੁੱਟੀਆਂ ਦੇ 16 ਦਿਨਾਂ ਵਿੱਚ ਐਤਵਾਰ, ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ, ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ। ਤੋਂ ਇਲਾਵਾ ਤਿਉਹਾਰਾਂ ਅਤੇ ਸਰਕਾਰੀ ਛੁੱਟੀਆਂ ਕਾਰਨ
ਬੈਂਕ ਪੂਰੇ 10 ਦਿਨਾਂ ਵਾਸਤੇ ਬੰਦ ਰਹਿਣਗੇ। ਜਨਵਰੀ ਦੇ ਵਿੱਚ ਮਕਰ ਸੰਕ੍ਰਾਂਤੀ, ਗਣਤੰਤਰ ਦਿਵਸ ਵਰਗੇ ਕਈ ਤਿਉਹਾਰ ਅਤੇ ਸਰਕਾਰੀ ਛੁੱਟੀਆਂ ਸ਼ਾਮਲ ਹਨ, ਜਿਸ ਕਾਰਨ ਬ੍ਰਾਂਚਾਂ ਬੰਦ ਰਹਿਣਗੀਆਂ। ਤਾਂ ਪਿਆਰੇ ਦਰਸ਼ਕੋ, ਤੁਸੀਂ ਸਾਰੀ ਦੋਸਤੋ ਬੈਂਕ ਛੁੱਟੀਆਂ ਦੀ ਸੂਚੀ RBI ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਵੇਖ ਸਕਦੇ ਹੋ। ਅਗਲੀ ਵੱਡੀ ਅਤੇ ਅਹਿਮ ਖਬਰ ਦੋਸਤੋ, CM ਭਗਵੰਤ ਮਾਨ ਦਾ ਐਲਾਨ, ਪੰਜਾਬ ਦੇ ਵਿੱਚ ਪੂਸਾ 44 ਝੋਨਾ ਬੈਨ। ਜੀ ਹਾਂ ਪਿਆਰੇ ਦਰਸ਼ਕੋ, ਵੱਡੀ ਖਬਰ ਹੈ ਜੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਝੋਨੇ ਦੇ ਅਗਲੇ ਸੀਜ਼ਨ ਵਿੱਚ ਪੂਸਾ 44 ਨੂੰ ਪੰਜਾਬ ਦੇ ਵਿੱਚੋਂ ਬੈਨ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ PR 126 ਝੋਨਾ ਬੀਜਣ ਦੀ ਸਲਾਹ ਦੇਵਾਂਗੇ, ਕਿਉਂਕਿ ਉਹ ਪੱਕਣ ਦੇ ਵਿੱਚ ਸਿਰਫ 92 ਦਿਨ ਹੀ ਲੈਂਦਾ ਹੈ। ਇਸ ਦੇ ਨਾਲ 2 ਮਹੀਨੇ ਦਾ ਪਾਣੀ ਵੀ ਬਚਦਾ ਹੈ। ਕਿਸਾਨਾਂ ਨੂੰ ਪੂਸਾ 44 ਦੇ ਝੋਨੇ ਦੀਆਂ ਹੋਰ ਸੁੰਨਤ ਕਿਸਮਾਂ ਦੀ ਕਾਸ਼ਤ ਬੰਦ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਕਿਸਮਾਂ ਦੀ ਕਾਸ਼ਤ ਬੰਦ ਕੀਤੀ ਜਾਣੀ ਚਾਹੀਦੀ ਆ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਗਲੇ ਸੀਜ਼ਨ ਤੋਂ ਪਹਿਲਾਂ ਇਹਨਾਂ ਕਿਸਮਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ। ਮੁੱਖ ਮੰਤਰੀ ਨੇ ਦੋਸਤੋ ਅੱਗੇ ਕਿਹਾ ਕਿ ਪਾਣੀ ਦੀ ਵੱਧ ਖਪਤ ਕਰਨ ਵਾਲੀਆਂ ਇਹ ਕਿਸਮਾਂ ਵਾਢੀ ਲਈ ਵੀ ਵੱਧ ਸਮਾਂ ਲੈਂਦੀਆਂ ਨੇ ਅਤੇ ਨਾਲ ਦੀ ਨਾਲ ਪਰਾਲੀ ਵੀ ਵੱਧ ਪੈਦਾ ਕਰਦੀਆਂ ਨੇ। ਭਗਵੰਤ ਮਾਨ ਨੇ ਕਿਹਾ ਕਿ ਟਰੱਕਾਂ ਦੇ ਵਿੱਚ GPS ਵਰਗੀਆਂ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਲਿਫਟਿੰਗ ਦੀ ਸਮੱਸਿਆ ਹੱਲ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦੇਣ ਤੋਂ ਬਾਅਦ 654 ਨਵੇਂ ਸੈਲਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਵਿੱਚ 30 ਤੋਂ 31 ਜਨਵਰੀ ਨੂੰ ਪੰਜਾਬੀ ਵਿਸ਼ੇ ਦੀ ਪ੍ਰੀਖਿਆ PSEB ਦੀ ਵੈਬਸਾਈਟ ਤੋਂ ਮਿਲੇਗਾ ਫਾਰਮ। 18 ਜਨਵਰੀ ਤੱਕ ਜਮ੍ਹਾਂ ਹੋਣਗੇ ਫਾਰਮ। ਜੀ ਹਾਂ ਪਿਆਰੇ ਦਰਸ਼ਕੋ, ਪੰਜਾਬ ਵਿੱਚ ਸਰਕਾਰੀ ਨੌਕਰੀ ਲਈ 10ਵੀਂ ਤੱਕ ਪੰਜਾਬੀ ਵਿਸ਼ਾ ਪੜ੍ਹਨਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਜਾਣੀ ਕਿ PSEB ਵੱਲੋਂ ਹਰ 4 ਮਹੀਨਿਆਂ ਬਾਅਦ ਪੰਜਾਬੀ ਵਿਸ਼ੇ ਦੀ ਵਾਧੂ ਪ੍ਰੀਖਿਆ ਲਈ ਜਾਂਦੀ ਆ। ਇਸੇ ਲੜੀ ਤਹਿਤ PSEB ਵੱਲੋਂ ਇਹ ਪ੍ਰੀਖਿਆ 30 ਅਤੇ 31 ਜਨਵਰੀ ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਬਿਨੈਕਾਰ ਫਾਰਮ 1 ਜਨਵਰੀ ਤੋਂ PSEB ਦੀ ਵੈਬਸਾਈਟ 'ਤੇ ਉਪਲਬਧ ਹੋਣਗੇ। PSEB ਦੇ ਅਧਿਕਾਰੀਆਂ ਅਨੁਸਾਰ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ ਆਪਣੇ ਫਾਰਮ ਪੂਰੀ ਤਰ੍ਹਾਂ ਭਰ ਕੇ ਮੋਹਾਲੀ ਵਿੱਚ PSEB ਦੇ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਹੋਣਗੇ। ਫਾਰਮ PSEB ਦੀ ਸਿੰਗਲ ਵਿੰਡੋ 'ਤੇ ਜਮ੍ਹਾਂ ਹੋਣਗੇ। 18 ਜਨਵਰੀ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ PSEB ਦੁਆਰਾ ਬਿਨੈਕਾਰਾਂ ਨੂੰ ਰੋਲ ਨੰਬਰ 25 ਜਨਵਰੀ ਨੂੰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈਬਸਾਈਟ 'ਤੇ ਆਨਲਾਈਨ ਜਾਰੀ ਕੀਤੇ ਜਾਣਗੇ। ਅਗਲੀ ਵੱਡੀ ਖਬਰ ਜੀ, ਪੰਜਾਬ ਸਰਕਾਰ ਦੀ ਨਵੀਂ ਸਕੀਮ, ਮਿਲੇਗਾ 10,000 ਰੁਪਏ ਦਾ ਇਨਾਮ। ਜੀ ਹਾਂ ਪਿਆਰੇ ਦਰਸ਼ਕੋ, ਪੰਜਾਬ ਸਰਕਾਰ ਨੇ ਨਵੀਂ ਸਕੀਮ ਮੇਰਾ ਬਿੱਲ GST ਐਪ ਨੂੰ ਲਾਂਚ ਕੀਤਾ, ਜਿਸ ਦੇ ਤਹਿਤ ਤੁਸੀਂ ਇੱਕ ਲੱਕੀ ਵਿਜੇਤਾ ਬਣ ਸਕਦੇ ਹੋ। ਇਨਾਮ ਦੀ ਰਕਮ 10,000 ਰੁਪਏ ਆ। ਇਸ ਦੇ ਲਈ ਤੁਹਾਨੂੰ ਸਮਾਨ ਦਾ ਬਿੱਲ ਦਿਖਾਉਣਾ ਹੋਵੇਗਾ। ਜੀ ਹਾਂ, ਪੰਜਾਬ ਸਰਕਾਰ ਹਰ ਮਹੀਨੇ ਦੀ 7 ਤਰੀਕ ਨੂੰ ਲੱਕੀ ਡਰਾ ਕੱਢਦੀ ਆ। ਡਰਾ ਦੇ ਜੇਤੂ ਨੂੰ 10,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਦਰਅਸਲ ਪੰਜਾਬ ਸਰਕਾਰ ਦਾ ਟੀਚਾ GST ਕੁਲੈਕਸ਼ਨ ਨੂੰ ਵਧਾਉਣਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਘੱਟੋ ਘੱਟ 200 ਰੁਪਏ ਦਾ ਸਮਾਨ ਵੀ ਖਰੀਦਦੇ ਹੋ ਤਾਂ ਉਸ ਸਮਾਨ ਦਾ ਬਿੱਲ ਐਪ 'ਤੇ ਅਪਲੋਡ ਕਰ ਦਿਓ, ਜਿਸ ਤੋਂ ਬਾਅਦ ਹਰ ਮਹੀਨੇ ਦੀ 7 ਤਰੀਕ ਨੂੰ 290 ਲੱਕੀ ਡਰਾ ਕੱਢੇ ਜਾਂਦੇ ਨੇ। ਅਗਲੀ ਵੱਡੀ ਖਬਰ ਦੋਸਤੋ, ਹੁਣ ਟੋਲ ਪਲਾਜ਼ਾ ਦੀ ਲੋੜ ਨਹੀਂ, ਬਸ ਸੜਕ 'ਤੇ ਚੜ੍ਹਦਿਆਂ ਹੀ ਤੁਹਾਡੇ ਖਾਤੇ ਵਿੱਚੋਂ ਕੱਟੇ ਜਾਣਗੇ ਪੈਸੇ। ਜੀ ਹਾਂ ਦਰਸ਼ਕੋ, ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ March 2024 ਤੋਂ ਮੌਜੂਦਾ ਟੋਲ ਪਲਾਜ਼ਾ 'ਤੇ ਨਵੀਂ ਤਕਨੀਕ ਰਾਹੀਂ ਟੋਲ ਉਗਰਾਹੀ ਦੀ ਪੁਸ਼ਟੀ ਕੀਤੀ ਹੈ, ਜੋ ਕਿ GPS ਅਧਾਰਿਤ ਹੋਵੇਗਾ। ਇਸ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਇਸ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।
ਹੋਰ ਜਾਣਕਾਰੀ ਦਿੰਦੇ ਹੋਏ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਵਾਹਨਾਂ ਨੂੰ ਰੋਕੇ ਬਿਨਾਂ ਟੋਲ ਵਸੂਲਣ ਲਈ ਇਸ ਤਕਨੀਕ ਦੇ 2 ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ, ਜਿਸ ਵਿੱਚ ਆਟੋਮੈਟਿਕ ਨੰਬਰ ਪਲੇਟ ਰਿਕੋਗਨਾਈਜ਼ਨ ਸਿਸਟਮ, ਜਿਸ ਨੂੰ ਦੋਸਤੋ ANPR ਕੈਮਰਾ ਵੀ ਕਹਿੰਦੇ ਨੇ, ਇਸ ਦੀ ਵਰਤੋਂ ਕੀਤੀ ਗਈ ਆ। ਜਿੰਨਾ ਜ਼ਿਆਦਾ ਸਫ਼ਰ ਉਹਨਾਂ ਦੇ ਓਨੇ ਜ਼ਿਆਦਾ ਟੋਲ ਵਸੂਲੇ ਜਾਣਗੇ। GPS ਅਧਾਰਿਤ ਟੋਲ ਕਨੈਕਸ਼ਨ ਸਿਸਟਮ ਦਾ ਉਦੇਸ਼ ਟੋਲ ਪਲਾਜ਼ੇ ਦੇ ਭੀੜ ਤੋਂ ਛੁਟਕਾਰਾ ਪਾਉਣਾ ਹੈ ਅਤੇ ਵਾਹਨਾਂ ਤੋਂ ਸੜਕ ਦੇ ਤੈਅ ਕੀਤੀ ਦੂਰੀ ਦੇ ਅਨੁਸਾਰ ਟੋਲ ਵਸੂਲਣਾ। ਅਗਲੀ ਵੱਡੀ ਖ਼ਬਰ ਹੈ ਦੋਸਤੋ, ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਮੌਸਮ ਦੇ ਨਾਲ ਸੰਬੰਧਿਤ ਹੈ। ਤਾਂ ਦੋਸਤੋ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਹਨਾਂ ਸੂਬਿਆਂ ਵਿੱਚ ਪੈ ਸਕਦੇ ਨੇ ਗੜੇ ਅਤੇ ਪਵੇਗਾ ਮੀਂਹ। ਜੀ ਹਾਂ ਪਿਆਰੇ ਦਰਸ਼ਕੋ, ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ ਦੌਰਾਨ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਪੈਣ ਦਾ ਸ਼ੱਕ ਹੈ। ਉੱਧਰ UP ਦੀ ਗੱਲ ਕਰੀਏ ਤਾਂ ਧੁੰਦ ਪੈ ਰਹੀ ਹੈ। ਲਖਨਊ ਵਿੱਚ 25-26 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਉਮੀਦ ਪ੍ਰਗਟਾਈ ਜਾ ਰਹੀ ਆ। ਇਸੇ ਦੇ ਨਾਲ ਹੀ ਦੋਸਤੋ, ਸੂਬੇ ਦੇ ਪੂਰਬੀ ਹਿੱਸੇ ਵਿੱਚ ਐਤਵਾਰ ਨੂੰ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਅਗਲੀ ਵੱਡੀ ਅਤੇ ਅਹਿਮ ਖਬਰ ਦੋਸਤੋ, ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ। ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਦਾਰੇ ਰਹਿਣਗੇ ਬੰਦ। ਜੀ ਹਾਂ ਪਿਆਰੇ ਦਰਸ਼ਕੋ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 28 ਦਸੰਬਰ ਨੂੰ ਸੂਬੇ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਇਸ ਸੰਬੰਧੀ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸੇ ਕਿ ਨੋਟੀਫਿਕੇਸ਼ਨ ਮੁਤਾਬਕ ਸ਼ਹੀਦੀ ਸਾਹਿਬਾਂ ਨੂੰ ਮੁੱਖ ਰੱਖਦੇ ਹੋਏ ਵੀਰਵਾਰ ਨੂੰ ਸੂਬੇ ਦੇ ਸਮੁੱਚੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਦਾਰੇ, ਸਰਕਾਰੀ ਸਕੂਲ, ਸਾਰੇ ਹੀ ਦੋਸਤੋ ਏਡੇਡ ਮਾਨਤਾ ਪ੍ਰਾਪਤ ਸਕੂਲ ਕਾਲਜ ਬੰਦ ਰਹਿਣਗੇ। ਵੱਡੀ ਅਹਿਮ ਖਬਰ ਦੋਸਤੋ, ਪੰਜਾਬ ਸਰਵੇ 2024 ਨੂੰ ਲੈ ਕੇ ਆ ਚੁੱਕਿਆ ਜੀ ABP। ਤਾਂ ਦੋਸਤੋ, ਆਪ ਨੂੰ ਪਛਾੜ ਕੇ ਕਾਂਗਰਸ ਬਣੀ ਨੰਬਰ 1, ਅਕਾਲੀ ਭਾਜਪਾ ਦਾ ਬੁਰਾ ਹਾਲ, ਆਪ ਦੇ ਹਿੱਸੇ ਨਹੀਂ ਆਵੇਗੀ ਇੱਕ ਵੀ ਸ਼ੀਟ। ਜੀ ਹਾਂ ਪਿਆਰੇ ਦਰਸ਼ਕੋ, ਪੰਜਾਬ ਲਈ ਕਰਵਾਏ ਗਏ ਓਪੀਨੀਅਨ ਪੋਲ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਇੱਥੇ 13 ਵਿੱਚੋਂ 4-6 ਸੀਟਾਂ ਮਿਲਣਗੀਆਂ। ਵਿਰੋਧੀ ਧਿਰ ਕਾਂਗਰਸ ਨੂੰ 5-7 ਸੀਟਾਂ ਮਿਲਣ ਦੀ ਸੰਭਾਵਨਾ ਹੈ। ਕੇਂਦਰ ਦੇ ਵਿੱਚ ਸੱਤਾਧਾਰੀ ਭਾਜਪਾ ਨੂੰ 0-2 ਸੀਟਾਂ ਮਿਲਣ ਦੀ ਹੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ 0-2 ਸੀਟਾਂ ਮਿਲ ਸਕਦੇ ਨੇ। ਇਸ ਸਰਵੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ।